हाँ जी, सत श्री अकाल सारिआं नूं। वेलकम टू अवर यूट्यूब चैनल। तुसीं भी कुछ चले बोलो, हैं कित्थे? पैके दे रहे हैं। अच्छा, ते आपां उत्थे किवें चले आ? रखड़ी लैके? नहीं, रखड़ी नहीं लगे इस वारी असीं रखड़ी नहीं बननी जी। मेरी वैसे विआह तों बाद पहली रखड़ी सी, बट असीं नहीं बननी क्योंकि दस्सांगे वलॉग दे एंड विच, जां कितें भी दस सकदे आ। तुसीं वलॉग स्किप ना करिओ जे तुसीं सारा जानना ब्लॉग चाहुंदे हो। देखियो ते पता लग जाएगा तुहानू। ओ पिछे टफी पिया है क्योंकि असीं हुणे हुणे एक वीडियो बना के हटे इहदे नाल। हाय टफी, टफी नूं विच लै के आयो। ये साडा टफी। चलिए फिर, आपां लेट होण डए आ। उहनां दे तीन चार फोन आ गए आ। चलो मिलदे आं आपां रस्ते च, फिर उस तों बाद घरे चल के। गड्डी स्टार्ट आ, गेट खोलन जा रहे ने। जल्दी करो, बड़ी लेट हो गया। सुस्त किन्नी हौली हौली तुरदा। चलो लेट्स। इन्नी गर्मी हुई पई, एसी भी नहीं। ओह नो, छुकरा मरी जाई। ओके फाइन। हाँ जो इन्ना टाइम लाता, पता पहले कितना लेट होए पर छेती। बस 2 मिनट में आ गया मैं, डैडी को माड़ा मिला। डैडी को पैसे देने थोड़े। जाओ जल्दी दे के आ गए। की होया? चले चलो चले मितवा। ऊंचे नीचे राह पे। कौन से राह पे? ऊंचे नीचे। ऊंचे नीचे इधर? ऊंचे नीचे राह नहीं होंगे इतने, 2 मिनट च आप पहुंच जाना। यस बस। ओके, पीछे घोड़ी दा हाउस नौ तैयार करना होना पर। यस, फिर ओदा टूर ओ करांगे, व्लॉग व्लॉग घोड़ी दा टूर कहन लगी सी। चले चले बस आपां पहुंच चुके आ। टारी आ गया बस, अगो थोड़ा जा ये रास्ता रह गया। आप टा इतो कोई फ्रूट लेने टारियों लेना। जाओ रोको गड्डी, हुन से तो करे जाके रोकनी है। फ्रूट दी दुकान वैसे इतिहास गवाह है ना, जो भी रिश्तेदार आंदा है केले लेके आंदा। आपां भी केले ही लेके चले आ। नहीं पर असी तां केले लेके चले आ क्योंकि मेरे भरा नूं पसंद ने, फ्रूट ही उहनूं पसंद है। फक्के लै आओ, लैन दे केले। रखो पिछे। नाशपतियां एडियां गंदियां लगियां सी ਤੁਹਾਡੇ ਘਰ। ਵੱਡਾ ਵੀ ਕੋਈ ਨਹੀਂ ਚੰਗਾ ਲੱਗਦਾ ਤੇ ਘਰ ਤਾਂ ਚੰਗਾ ਹੈਗਾ ਨਾ। ਘਰ ਤਾਂ ਚੰਗਾ, ਦੋ ਹੀ ਰਿਸ਼ਤਾ ਹੋਇਆ ਇਹ। ਮੈਂ ਵਧੀਆ ਕਿ ਨਹੀਂ, ਨੇੜੇ ਦਾ ਨੇੜੇ 10 ਮਿੰਟਾਂ ਚ ਪਹੁੰਚ ਜੀਦਾ। ਅੱਖ ਚਮਕਦੀ ਆਈ। ਚਲੋ ਤੇਲ ਤਾਂ ਵੱਜਦਾ। ਹਾਂ ਸਹੀ ਗੱਲ ਹੈ, ਇਹ ਤਾਂ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਨਾ ਮੇਨ। ਕੋਈ ਜਿੱਦੀ ਤੂੰ ਕੰਜੂਸ ਹੈ। ਆ ਗਿਆ ਸਾਡਾ ਪਿੰਡ, ਅਸੀਂ ਹੁਣੇ ਹੱਲ ਤਰੇ ਆ ਤੇ ਮੇਰੇ ਪਿੰਡ ਵੀ ਆ ਗਿਆ। ਪਹੁੰਚ ਵੀ ਗਏ ਬਲਾਕ ਹੀ ਨਾ। ਸਾਡੇ ਪਿੰਡ ਚ 2 ਗੁਰਦੁਆਰੇ ਨੇ, ਇਹ ਥੋੜਾ ਜਿਹਾ ਵੱਡਾ ਪਿੰਡ ਹੈ, ਇੱਕ ਛੋਟਾ ਨਹੀਂ ਆ। ਇਹਦਾ ਵੀ ਨਹੀਂ ਵੱਡਾ ਪਿੰਡ ਹੈ, ਗੁਰਦੁਆਰੇ ਜ਼ਰੂਰ 2 ਹੈਗੇ ਪਰ ਪਿੰਡ ਹੀ ਵੱਡਾ। ਸਕੂਲ ਸਰਕਾਰੀ ਸਾਡੇ ਪਿੰਡ ਦਾ ਇੰਨਾ ਵੱਡਾ। ਹਾਂ ਅਜੇ ਵੀ ਤੱਕ ਪਰ। ਐਂਡ ਆਹ ਨੀਲੀ ਟੈਂਕੀ ਵਾਲਾ ਸਾਡਾ ਘਰ, ਆਹ ਵਾਲਾ ਘਰ ਖੁਸ਼ੀ ਮੋਟੋ ਦਾ ਚਾਈ ਦਾ। ਆਹ ਨੀਲੀ ਟੈਂਕੀ ਵਾਲਾ ਹਮਾਰਾ ਘਰ। ਅਸੀਂ ਪਹੁੰਚ ਗਏ ਹਾਂ ਮਿੱਤਰੋ, ਵਲੌਗ ਨੂੰ ਕਰੋ ਇੰਜੋਏ। ਐਡਾ ਕਿਤਨਾ ਵਲੌਗ ਹੁੰਦਾ ਹੈ। ਨਹੀਂ ਵਲੌਗ ਅੱਗੇ ਵੀ ਬਣਾਵਾਂਗੇ, ਕੰਟੀਨਿਊ ਕਰਾਂਗੇ। ਫਿਲਹਾਲ ਆਪਾਂ ਉਹਨਾਂ ਨੂੰ ਮਿਲ ਲਈਏ। ਓਕੇ ਮਿਲੋ ਹੋਇਆ ਗਏ। ਕੋਈ ਹੈਗਾ ਘਰੇ? ਚਲੋ ਅੰਦਰ ਚੱਲਦੇ ਆ।
ਬਾਹਰ ਤਾਂ ਆਏ ਨਹੀਂ ਆ ਗਏ ਤੇ ਸਾਸਰੀਕਾਲ ਕਿਵੇਂ ਜੀ ਕਿੱਧਰ ਵਧੀਆ ਸਾਸਰੀਕਾਲ ਸਾਸਰੀਕਾਲ ਕਿੱਧਰ ਆਏ ਨੇ ਮਿਲਣਾ ਆਤਾ ਨਾ ਪਤਾ ਤੂੰ ਇੱਥੇ ਕਿਵੇਂ ਜੀ ਫਰੈਂਡਸ ਅਨੂ ਮਿਲੋ ਇਹ ਕੌਣ ਜਸ਼ਨ ਹਾਂਜੀ ਮੈਂ ਦਾ ਭਰਾ ਛੋਟਾ ਭਰਾ ਮੇਰੀ ਵੱਡੀ ਭੈਣ ਅੱਛਾ ਹਾਂ ਤੇ ਤੂੰ ਪਹਿਲਾਂ ਤਾਂ ਤੈਨੂੰ ਵਲੌਗ 'ਚ ਲੈ ਕੇ ਆਉਂਗੀ ਜੇ ਤੂੰ ਵਲੌਗ ਨੂੰ ਕਰੇਗਾ ਸ਼ੇਅਰ ਸ਼ੇਅਰ ਤੈਨੂੰ ਪਤਾ ਹੀ ਆਪਾਂ ਪਹਿਲਾਂ ਹੀ ਕਰਦੇ ਆ ਕਹਿਣ ਤੋਂ ਬਿਨਾਂ ਸਭ ਤੇ ਸਨੈਪਚੈਟ ਤੇ ਇੰਸਟਾਗ੍ਰam ਤੇ ਠੀਕ ਆ ਇਹ ਕੰਡੀਸ਼ਨਸ ਨੇ ਮਤਲਬ ਜ਼ਰੂਰੀ ਕਰਨਾ ਹੀ ਪਵੇਗਾ ਤੇ ਹੋਰ ਕੁਝ ਕੋਈ ਕੰਟਰੈਕਟ ਵਗੈਰਾ ਵੀ ਕੁਝ ਇਹ ਜਾ ਰਿਹਾ ਹੈ ਬਾਹਰ ਬਿਲਕੁਲ ਕਿੱਥੇ ਚੱਲਿਆ ਆਸਟ੍ਰੇਲੀਆ ਕਦੋਂ ਮਾਰਕ ਜਦੋਂ ਕਹੇ ਜਦੋਂ ਕਿੰਨੇ ਬੰਦ ਆਏ ਕਿੰਨੇ ਬੰਦ ਆਏ ਤੁਹਾਡੇ ਮੇਰੇ ਆਏ ਆ 5 ਸੱਤ ਆਏ ਨੇ ਇਹਦੇ ਸੱਚੀ ਰੀਅਲ ਦੇ ਵਿੱਚ ਸੱਤ ਬੰਦ ਆਏ ਹੋਏ ਮੇਰੇ ਇਹਦੀ ਚਲੋ ਮੰਨਦੇ ਆ ਕਿ ਇਹਦੀ ਸ਼ਕਲ ਤਾਂ ਨਹੀਂ ਹੈਗੀ ਬਾਹਰ ਜਾਣ ਵਾਲੀ ਪਰ ਛੋਟੇ ਮੂੰਹ ਵਾਲਾ ਨਿੱਕੇ ਮੂੰਹ ਵਾਲਾ ਪਰ ਕਿਸਮਤ ਦੀ ਗੱਲ ਹੈ ਨਾ ਇਹ ਕਿਸਮਤ ਦੀ ਨਹੀਂ ਇਹ ਪੜਾਈ ਦੀ ਗੱਲ ਹੈ ਹਾਂ ਸੱਚ ਪੜਾਈ ਦੀ ਗੱਲ ਹੈ ਮਿਹਨਤ ਦੀ ਗੱਲ ਹੈ ਹਾਂਜੀ ਬਾਏ ਬਾਏ ਚੱਲਿਆ ਹਾਂਜੀ ਇਹ ਤਾਂ ਚੱਲਿਆ ਫਰੈਂਡਸ ਮੈਨੂੰ ਜ਼ਰੂਰੀ ਕੰਮ ਪੈ ਗਿਆ ਸੀ ਕੋਈ ਬਾਏ ਆ ਨਹੀਂ ਚਲੋ ਜਾਓ ਫਿਰ ਚੱਲਿਆ ਮੱਠੀਆਂ ਨਿਕਲਦੀਆਂ ਪਈਆਂ ਤੇਲ ਚ ਕਿਵੇਂ ਦੀਆਂ ਬਣਦੀਆਂ
ਨਿਕਲਦੀਆਂ ਪਈਆਂ ਹਨਾ ਨਾ ਵਧੀਆ ਬੰਦੀਆਂ ਪਈਆਂ ਟੈਸਟ ਕਰਕੇ ਵੇਖਦੇ ਆ ਵਾਹ ਨੰਜ ਮਠੀਆਂ ਜਾਦੀਆਂ ਹੀ ਤਾਂ ਸਾਨੂੰ ਗੈਸ ਤੇ ਨਹੀਂ ਕੰਮ ਸੂਤਰ ਆਇਆ ਚੁੱਲ੍ਹੇ ਤੇ ਬਣਾਉਣੀਆਂ ਪੈਂਦੀਆਂ ਪਈਆਂ ਗੈਸ ਨਹੀਂ ਕਾਮਯਾਬ ਇੰਨੀਆਂ ਮੱਠੀਆਂ ਵਾਸਤੇ ਖਾ ਕੇ ਵੇਖਦੇ ਆ ਇੱਕ ਤਾਂ ਹੱਥ ਹੀ ਨਹੀਂ ਲੱਗਦਾ ਬਿੱਲਾ ਜੀ ਨੂੰ ਖਵਾ ਕੇ ਵੇਖਦੇ ਆ ਟੈਸਟ ਕਰੋ ਹਾਏ ਹੱਥ ਸੜ ਗਿਆ ਕਿਵੇਂ ਦੀ ਬਣੀ ਦੱਸੋ ਬੋਲ ਕੇ ਉੱਚੀ ਸਵਾਦ ਹੈ ਇਹ ਸਾਰੀਆਂ ਵੇਲ ਕੇ ਰੱਖੀਆਂ ਪਈਆਂ ਨੇ ਹਾਂਜੀ ਮੱਠੀਆਂ ਆਪਣੀਆਂ ਰੈਡੀ ਹੋ ਗਈਆਂ ਨੇ ਨਿਕਲ ਗਈਆਂ ਨੇ ਮੀਨਸ ਪੱਕ ਗਈਆਂ ਨੇ ਅਤੇ ਆਪਾਂ ਗਏ ਥੱਕ ਹੁਣ ਥੋੜ੍ਹਾ ਜਿਹਾ ਐਂਟਰਟੇਨ ਕਰਦੇ ਹਾਂ ਖੁਸ਼ੀ ਆ ਗਈ ਆਪਾਂ ਨੂੰ ਮਿਲਣ ਹੈਨਾ ਖੁਸ਼ੀ ਕਿਵੇਂ ਕਿੱਥੋਂ ਆਈ ਹੈ ਉੱਚੀ ਬੋਲ ਕੇ ਦੱਸ ਡੇਰਾ ਸਾਹਿਬ ਮੇਰੀ ਅੱਖ 'ਚ ਨਾ ਮਾਰਦੀ ਛਤਰੀ ਨਹੀਂ ਇਹ ਡੇਰਾ ਸਾਹਿਬ ਗਈ ਸੀ ਪਹਾੜਾਂ 'ਤੇ ਹੈ ਨਾ ਅਤੇ ਉੱਥੋਂ ਦੋ ਤਿੰਨ ਦਿਨ ਲਾ ਕੇ ਥੱਕ ਗਏ ਨੇ ਅਤੇ ਹੁਣ ਆਪਣਾ ਥੋੜ੍ਹਾ ਜਿਹਾ ਐਂਟਰਟੇਨ ਕਰੂਗੀ ਫਿਰ ਵੀ ਥੱਕੀ ਹੋਈ ਬਟ ਥੋੜ੍ਹਾ ਇਹ ਕਰ ਦਿੰਦੀ ਐਂਟਰਟੇਨ ਆਪਾਂ ਨੂੰ ਵਲੋਗ 'ਚ ਚੱਲ ਕੀ ਕਰਕੇ ਦਿਖਾਈ ਵਲੋਗ ਹੈ ਸੌਂਗ ਸੌਂਗ ਅਤੇ ਡਾਂਸ ਥੋੜ੍ਹਾ ਜਿਹਾ ਕਰਦੇ ਓਕੇ ਕਿਹੜੇ ਗਾਣੇ 'ਤੇ ਉੱਚੀ ਬੋਲ ਦੱਸ ਫਾਇਦੇ ਬਾਅਦ ਵੀ ਨਹੀਂ ਕਰਦੇ ਜਦੋਂ ਸਟੇਟਸ ਪਾਏ ਜਾਂ ਮਾਤਾ ਜੀ ਉਹਦੇ ਤੇ ਬੜੇ ਹੋ ਕੇ ਕੰਮ ਦੀ ਚੱਲਦੇ ਵਾਲੀ ਕਰਦੀ ਚੱਲ ਡਾਂਸ ਕਰਕੇ ਦਿਖਾ ਚੱਲ ਕਰ ਸਟਾਰਟ ਵਾਓ ਬੈਸਟ ਬਹੁਤ ਸੋਹਣਾ ਬੈਸਟ ਪਰਫੋਰਮੈਂਸ ਕਿੰਨੀ ਇਟਸ ਕਿੰਨੀ ਕਿੰਨੇ ਤੋਂ ਕੀ ਲੈ ਕੇ ਆਇਆ ਦਿਖਾਈ ਕੀ ਲੈ ਕੇ ਆਇਆ ਆ ਫੁੱਟਬਾਲ ਅੱਛਾ ਤੂੰ ਨਹੀਂ ਥੱਕਿਆ ਕਿਉਂ ਚਲੋ ਜਾ ਰਹੇ ਹੋ ਖੁਸ਼ੀ ਕਾ ਘਰ ਸਬਕੀ ਮੰਮੀ ਵੀ ਕਹਿੰਦੇ ਕਿ ਤੁਸੀਂ ਚਲੋ ਰਾਤ ਦੀ ਰੋਟੀ ਖਾ ਕੇ ਜਾਇਓ ਇਸ ਵਾਸਤੇ ਮੈਨੂੰ ਬਣਾਇਆ ਸਬਜ਼ੀ ਲਾਉਣ ਭਿੰਡੀਆਂ ਦੀ ਸਬਜ਼ੀ ਮੇਰੀ ਫੇਵਰੇਟ ਜੋ ਕਿ ਮੈਂ ਬਣਾਉਣੀ ਪਈ ਹਾਂ ਮੈਂ ਗੰਢੇ ਅਲੱਗ ਭੁੰਨਦੀ ਹਾਂ ਅਤੇ ਭਿੰਡੀਆਂ ਅਲੱਗ ਭਿੰਡੀਆਂ ਪਹਿਲਾਂ ਭੁੰਨ ਕੇ ਰੱਖ ਲਈਆਂ ਅਤੇ ਗੰਢੇ ਅਲੱਗ ਹੁਣ ਆਪਾਂ ਇੱਥੇ ਰਵਾਂਗੇ ਰਾਤ ਤੱਕ ਰਾਤ ਨੂੰ ਘਰੇ ਜਾਵਾਂਗੇ ਰਾਤ ਦੀ ਰੋਟੀ ਖਾ ਕੇ ਬਸ ਸਬਜ਼ੀ ਬਣ ਚੱਲੀ ਆ ਫਿਰ ਫ੍ਰੀ ਹੁੰਦੇ ਹਾਂ ਰੋਟੀਆਂ ਇੱਥੇ ਆ ਕੇ ਅਸੀਂ ਤੰਦੂਰ ਦੀ ਰੋਟੀ ਖਾਂਦੇ ਹਾਂ ਕਿਉਂਕਿ ਘਰੇ ਅਸੀਂ ਘੱਟ ਹੀ ਤਪਾਉਂਦੇ ਤੰਦੂਰ ਅੱਜ ਮਜ਼ਾ ਆਏਗਾ ਤੰਦੂਰ ਦੀਆਂ ਰੋਟੀਆਂ ਨਾਲ ਰੋਟੀ ਲੱਗਿਆ ਖਾਣ ਮਖਰੀ ਮੁਖਰੀ ਪਾ ਕੇ ਅੱਜ ਤੰਦੂਰ ਦੀ ਰੋਟੀ ਮਜ਼ਾ ਆਏਗਾ ਨਾ ਖਾਣ ਦਿਆ ਬਹੁਤ ਜ਼ਿਆਦਾ ਤੇਰੀ ਫੇਵਰਟ ਸਬਜ਼ੀ ਵਾਲੀ ਭਿੰਡੀ ਯੈਸ ਤੇ ਕੋਫਤੇ ਨਹੀਂ ਮੇਰੇ ਫੇਵਰਟ ਆਪਾਂ ਖਾ ਕੇ ਛੇਤੀ ਛੇਤੀ ਜਾਣਾ ਹੈ ਹਨਾ ਕਿਉਂਕਿ ਬੜਾ ਟਾਈਮ ਕਿੰਨਾ ਗਿਆ ਕਿਉਂਕਿ ਸਰਦਾਰ ਮਹਿਰ ਸਿੰਘ ਨੇ ਡਿਊਟੀ ਤੇ ਜਾਣਾ ਟਾਈਮ ਹੋ ਗਿਆ 8:02 ਅਸੀਂ ਰੋਟੀ ਖਾ ਕੇ ਛੇਤੀ ਛੇਤੀ ਹੁਣ ਘਰੇ ਵੀ ਜਾਣਾ ਹੈ ਚਲੋ ਠੀਕ ਆ ਬਾਏ ਬਾਏ ਚੰਗਾ ਬਾਏ 8:30 ਹੋ ਗਿਆ ਖੋਲੋ ਕੁਛ ਰਹਿ ਤਾਂ ਨਹੀਂ ਗਿਆ ਮੈਨੂੰ ਕਿਉਂ ਲੱਗਦਾ ਕੁਛ ਰਹਿ ਗਿਆ ਆਪਣਾ ਫੋਨ ਫੋਨ ਫੜ ਲਿਆ ਤਾਂ ਮੈਂ ਤਾਂ ਫੋਨ ਫੜ ਲਿਆ ਫੋਨ 'ਚ ਹੀ ਮੇਰੇ ਬਣ ਰਿਹਾ ਵਲੋਗ ਖੜੇ ਹੋਏ ਬਾਏ ਮੈਂ ਵੀ ਠੀਕ ਹਾਂ
ਕਿੰਨਾ ਹੋ ਗਿਆ ਨਾ ਆਪਾਂ ਨੂੰ ਅੱਜ ਫਿਰ ਆਪ ਰੋਟੀ ਦੇ ਚੱਕਰ ਚ ਪੈ ਗਏ ਨਾ ਨਹੀਂ ਤਾਂ ਆਪਾਂ ਟਾਈਮ ਨਾਲ ਆ ਜਾਣਾ ਸੀ ਰੋਟੀ ਨਹੀਂ ਲੇਟ ਕਰਤਾ ਯੈਸ ਹੁਣ ਜਾ ਕੇ ਵੈਸੇ ਜਾ ਕੇ ਆਪਾਂ ਹੁਣ ਸਿੱਧਾ ਸੌਣਾ ਹੀ ਹੈ ਹਨਾ ਕੋਈ ਕੰਮ ਨਹੀਂ ਹੈਗਾ ਆ ਬੜਾ ਖਤਰਨਾਕ ਪੁਲ ਹੈ ਇੱਥੇ ਬੜੀਆਂ ਚੋਰੀਆਂ ਹੁੰਦੀਆਂ ਨੇ ਇਹ ਪੁਲ ਹੈਗਾ ਹੈ ਮੋਟਰਸਾਈਕਲ ਵਾਲੇ ਨੂੰ ਜਾਂ ਤੁਰ ਕੇ ਜਾਣ ਵਾਲੇ ਨੂੰ ਔਖਾ ਥੋੜਾ ਜਿਹਾ ਉਹ ਵੀ ਥੋੜਾ ਜਿਹਾ ਲੇਟ ਬਾਕੀ ਐਡੀ ਜਲਦੀ ਵੀ ਨਹੀਂ ਥੋੜੀ ਲੇਟ ਲੁੱਟਦੇ ਲੜਦੇ ਮਾੜਾ ਮੋਟਾ ਜਾਨੀ ਕਿ ਇੰਨਾ ਵੀ ਨਹੀਂ ਹੈਗਾ ਨਹੀਂ ਇੱਥੇ ਕਈ ਵਾਰੀ ਦਿਨੇ ਵੀ ਚੋਰੀਆਂ ਆ ਜਾਂਦੀਆਂ ਦੁਪਹਿਰੇ ਜਦੋਂ ਉਹ ਬੜੀਆਂ ਤੋਂ ਖੋ ਖਾ ਲੈਂਦੇ ਸੋਨਾ ਸਾਨਾ ਜਾਂ ਕੁਛ ਇਹ ਹੈਗਾ ਪੁੱਲ ਟਾਰੀ ਵਾਲਾ ਪੁੱਲ ਰੋਪੜ ਨਹਿਰ ਸੋਕੜ ਨਹਿਰ ਤੂੰ ਥੋੜਾ ਜਿਹਾ ਦੂਰ ਸੱਚ ਮੇਨ ਪੁਆਇੰਟ ਮੇਨ ਗੱਲ ਆਪਾਂ ਦੱਸੀ ਹਾਂ ਰੱਖੜੀ ਤਾਂ ਨਹੀਂ ਬੰਨੀ ਸੀ ਕਿਉਂਕਿ ਇਹ ਦੂਜਾ ਇਹਨਾਂ ਦੇ ਸ਼ਰੀਕੇ ਚ ਡੈਥ ਹੋਈ ਕਿਸੇ ਦੀ ਪਹਿਲਾਂ ਪਿਛਲੇ ਵਲੌਗ ਚ ਮੈਂ ਕਹਿਤਾ ਸੀਗਾ ਕਿ ਆਪਾਂ ਨੈਕਸਟ ਵਲੌਗ ਹੋਊਗਾ ਆਪਣਾ ਰੱਖੜੀ ਵਾਲਾ ਤੇ ਪਰ ਮੈਨੂੰ ਯਾਦ ਨਹੀਂ ਸੀ ਤੇ ਮੰਮੀ ਨੇ ਯਾਦ ਦਵਾਇਆ ਕਿ ਆਪਾਂ ਰੱਖੜੀ ਨਹੀਂ ਬੰਨਣੀ ਹਨਾ ਇਸ ਕਰਕੇ ਰੱਖੜੀ ਨਹੀਂ ਬੰਨੀ ਤੇ ਹੁਣ ਅਸੀਂ ਮੱਠੀਆਂ ਕੱਢੀਆਂ ਸੀ ਕਿ ਮੈਂ ਹੀ ਇਕੱਲੀ ਜ਼ਿਆਦਾ ਥੱਕ ਗਈ ਆ ਤੁਸੀਂ ਤਾਂ ਮੈਨੂੰ ਬੜੇ ਚਾਅ ਚ ਲੈ ਕੇ ਆਈ ਕਿ ਮੈਂ ਕੰਮ ਕਰਾਵਾਂਗੀ ਉੱਥੇ ਇਹਦੇ ਤੋਂ ਪਰ ਇਹਨੂੰ ਪਤਾ ਨਹੀਂ ਸੀ ਕਿ ਇਹਦੇ ਤੋਂ ਕੰਮ ਉਲਟਾ ਹੋ ਜਾਣਾ ਮੈਂ ਸੌਂ ਗਿਆ ਚੁੱਪ ਕਰਕੇ ਤੇ ਮੈਂ ਤੇ ਬੋਲੀ ਤੇ ਮੰਮੀ ਤਿੰਨੇ ਜਾਣੇ ਸਾਰਾ ਦਿਨ ਫਾਇਲ ਲੱਗੇ ਰਹੇ ਕੰਮ ਤੇ ਤੇ ਮੈਂ ਬਹੁਤ ਜ਼ਿਆਦਾ ਥੱਕ ਗਈ ਆ ਮੱਠੀਆਂ ਟੂ ਮੱਚ ਟੇਸਟੀ ਸੀ ਹਨਾ ਉਹ ਤਾਂ ਚੱਲ ਸਵਾਦ ਸੀ ਨੋ ਕੀ ਵੀ ਤੇ ਮਿੱਠੀਆਂ ਵੀ ਤੇ ਹੁਣ ਆਪਾਂ ਥੱਕ ਤਾਂ ਮੈਂ ਗਈ ਆ ਮੇਰੇ ਚ ਕੋਈ ਹੋਰ ਕੈਪੈਸਿਟੀ ਨਹੀਂ ਹੈਗੀ ਵਲੌਗ ਅੱਗੇ ਜ਼ਿਆਦਾ ਤੋਰਨ ਦੀ ਘਰੇ ਜਾ ਕੇ ਮੇਰੇ ਤੋਂ ਨਹੀਂ ਐਂਡ ਹੋਣਾ ਇਸ ਵਾਸਤੇ ਆਪਾਂ ਇੱਥੇ ਹੀ ਐਂਡ ਕਰ ਦਿੰਨੇ ਆ ਹਨਾ ਓਕੇ ਓਕੇ ਬਾਏ ਬਾਏ ਤੇ ਮਿਲਦੇ ਆ ਨੈਕਸਟ ਵਲੌਗ ਚ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਜਿਨ੍ਹਾਂ ਨੇ ਪਿਛਲੇ ਵਲੌਗ ਨਹੀਂ ਵੇਖੇ ਵੇਖ ਲਓ ਬਾਏ ਬਾਏ ਅੱਗੇ ਵਾਸਤੇ ਨਵੇਂ ਤੋਂ ਨਵੇਂ ਵਲੌਗ ਆਉਣਗੇ ਦੇਖਦੇ ਰਹੋ ਕਿਉਂਕਿ ਹੁਣ ਸਾਨੂੰ ਹੌਲੀ ਹੌਲੀ ਵੱਲ ਆਉਂਦਾ ਜਾਂਦਾ ਵਲੌਗ ਬਣਾਉਣ ਦਾ ਹਨਾ ਬਾਏ ਬਾਏ।